ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸੰਸਕਾਰ ਜੋ ਸਾਧ ਸੰਗਤ ਜੀ ਅੱਜ ਸਾਖੀ ਚੱਲਣ ਲੱਗੀ ਆ ਫੂਟੋ ਆਂਡਾ ਭਰਮ ਕਾ ਮਨੇ ਪਿਆ ਫਰਗਾਸ ਕਾਟੀ ਬੇੜੀ ਪੰਦੇ ਤੇ ਗੁਰਕੀਨੀ ਬੰਦ ਖਲਾਸ ਸੋ ਗੁਰੂ ਰੂ ਸਾਹਿਬ ਜੀ ਜਿਹੜਾ ਭਰਮ ਜੀ ਦੇ ਅੰਦਰ ਪੈਦਾ ਹੋ ਜਾਂਦਾ ਉਹਨੂੰ ਕੱਢਣਾ ਬੜਾ ਮੁਸ਼ਕਲ ਹੋ ਜਾਂਦਾ ਸਤਗੁਰੂ ਦੀ ਆਦ੍ਰਸ਼ਟੀ ਵਿੱਚ ਆਉਣ ਮਿਹਰਬਾਨ ਮੇਰ ਕਰਨ ਤੇ ਫੇਰ ਇਹ ਗੱਲ ਗਾਂ ਚੱਲਦੀ ਆ ਸੋ ਸਤਗੁਰੂ ਬਖਸ਼ਿਸ਼ ਕਰੇ ਸ਼ਬਦ ਨਾਲ ਜੋੜੇ ਆਪਣਾ ਰੰਗ ਵਿੱਚ ਲਾਵੇ ਤੇ ਫੇਰ ਉਹਦਾ ਭਰਮ ਜਾਂਦਾ ਨਹੀਂ ਤੇ ساری ਉਮਰ ਇਹ ਦੇਵੀ ਦੇਵਤਿਆਂ ਮੜੀਆਂ ਮਸੀਤਾਂ ਦੇ ਕਬਰਾਂ ਨੂੰ ਮੱਥੇ ਟੇਕਦਾ ਰਹਿੰਦਾ ਸੋ ਜੇ ਅੰਦਰ ਨਾਮਦੀਪ ਮਹਿਮਾ ਹੁੰਦੀ ਆ ਨਾਮ ਦਾ ਕਿਣਕਾ ਵਸਦਾ ਵਾ ਤੇ ਫੇਰ ਤੁਰਿਆ ਵਸਤੂ ਬ੍ਰਹਮ ਵਸਤੂ ਜਿਹਨੂੰ ਆnde ਤੀਨ ਲੋਕ ਮੈਂ ਆਸਣ ਬੈਸਣ ਚੌਥੀ ਕੂੜ ਚਬਾਰਾ ਉਹ ਤਿੰਨ ਲੋਕ ਕਿਹੜੇ ਆ ਇੱਕ ਮਾਤ ਲੋਕ ਆ ਇੱਕ ਦੇਵ ਲੋਕ ਆ ਤੇ ਇੱਕ ਰਕਸ਼ ਲੋਕ ਆ ਇਹ ਵੀ ਗਿਣੇ ਜਾਂਦੇ ਆ ਇੱਕ ਪਤਾਲ ਪਤਾਲਾਂ ਦੇ ਧਰਤੀ ਦੇ ਥੱਲੇ ਇੱਕ ਵਾਜੂ ਮੰਡਲ ਵਾਜੂ ਦੇ ਉੱਤੇ ਇੱਕ ਧਰਤੀ ਦੇ ਉੱਤੇ ਜਿਹੜੇ ਆ ਤਰਤੀਤ ਉੱਤੇ ਮੰਡਲੇ ਤਿੰਨ ਲੋਕ ਇਹਨਾਂ ਨੂੰ ਕਿਹਾ ਜਾਂਦਾ ਬਾਕੀ ਤ੍ਰਿਆ ਤ੍ਰੈ ਗੁਣ ਤ੍ਰੈ ਗੁਣਾਂ ਤੋਂ ਤਾਂ ਇਹਦੀ ਅਵਸਥਾ ਬਣ ਜਾਂਦੀ ਜਦੋਂ ਬ੍ਰਹਮ ਦੇ ਵਿੱਚ ਵੜਦਾ ਵਾ ਚੌਥੇ ਪਦ ਨੂੰ ਪ੍ਰਾਪਤ ਹੁੰਦਾ ਸੋ ਗੁਰੂ ਰੂ ਸਾਧ ਸੰਗਤ ਜੀ ਇਹਨਾਂ ਗੱਲਾਂ ਤੋਂ ਲੰਘਣਾ ਇਥੇ ਸੰਸਾਰ ਦੇ ਵਿੱਚ ਸਾਨੂੰ ਹੰਗਤਾ ਮਮਤਾ ਸਾਰੇ ਦੁੱਖ ਸੁੱਖ ਵਿਆਪਦੇ ਨੇ ਸੰਸਾਰੀ ਜੀਵਾਂ ਨੂੰ ਇਸ ਤਰ੍ਹਾਂ ਇੱਕ ਕਥਾ ਹੋਈ ਪਿੰਡ ਇੱਧਰ ਲਵਾਰ ਕੇ ਫਤੇਗੜ ਚੂੜੀਆਂ ਵੱਲ ਪੈਂਦਾ ਅੰਮਰਸਰ ਜ਼ਿਲ੍ਹੇ 'ਚ ਉੱਥੋਂ ਦੀ ਸੰਗਤ ਬਾਬਾ ਜੀ ਦੇ ਕੋਲ ਆਈ ਤੇ ਬਾਬਾ ਜੀ ਗਾੜੀ ਬੇਨਤੀਆਂ ਕੀਤੀਆਂ ਕਿ ਮਹਾਰਾ ਸਾਡੇ ਪਿੰਡ ਚਰਨ ਪਾਓ ਦੁਪਹਿਰ ਲੱਗੀ ਹੋਈ ਸੀ 10000 ਦਾ ਟਾਈਮ ਤੇ ਬਾਬਾ ਜੀ ਆਖਣ ਲੱਗੇ ਕੀ ਕੰਮ ਤੁਹਾਨੂੰ ਪੈ ਗਿਆ ਸਾਡੇ ਗੁਚਰਾ ਮਹਾਰਾ ਜੀ ਉਥੋਂ ਦੀ ਸੰਗਤ ਆਈ ਘਰ ਵਾਲੇ ਨਹੀਂ ਆਏ ਮਹਾਰਾ ਜੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਨੇ ਫਾ ਲ ਲਿਆ ਤੇ ਉਹ ਆਵਗਾ ਤਵਾ ਕਦੀ ਕਿਸੇ ਨੂੰ ਚੰਬੜ ਜਾਂਦਾ ਤੇ ਕਦੀ ਕਿਸੇ ਨੂੰ ਚੰਬੜ ਜਾਂਦਾ ਇਹ ਭਰਮ ਇੱਥੇ ਭਰਮ ਦੀ ਗੱਲ ਚੱਲਦੀ ਆ ਵੀ ਬੰਦੇ ਨੂੰ ਵਹਿਮ ਪੈ ਜਾਂਦਾ ਜਦੋਂ ਉਹਦੀ ਬਿਰਤੀ ਉਹ ਪਾਸੇ ਹੋ ਜਾਂਦੀ ਆ ਵੀ ਆ ਗੱਲ ਹੋ ਗਈ ਆ ਆ ਗੱਲ ਹੋ ਗਈ ਆ ਉਹ ਮਾਨਸਿਕ ਤੌਰ ਤੇ ਤਣਾਅ ਬਣ ਜਾਂਦਾ ਤੇ ਤਣਾਅ ਕਰਕੇ ਜੀਵ ਉਤਰਾ ਦਾ ਬਣ ਜਾਂਦਾ ਸੋ ਗੁਰੂ ਰੂ ਸਾਧ ਸੰਗਤ ਜੀ ਮਹਾਂਪੁਰਖਾਂ ਨੇ ਪੁੱਛਿਆ ਵੀ ਕਿਉਂ ਫਾ ਲਲਿਆ ਨੌਜਵਾਨ ਸੀਗਾ ਜਦੋਂ ਬਾਬਾ ਜੀ ਦਾ ਬਾਬਾ ਜੀ ਨੂੰ ਉਹਨਾਂ ਨੇ ਬਹੁਤੀ ਬੇਨਤੀ ਕੀਤੀ ਬਾਬਾ ਜੀ ਆਖਣ ਲੱਗੇ ਚਲੋ ਉਹਨਾਂ ਟਰੱਕ ਲਿਆਂਦਾ ਸੀ ਸੰਗਤ ਜਿੰਨੀ ਡੇਰੇ ਸੀ ਸਾਰੀ ਨਾਲ ਤੁਰ ਪਈ ਜਿੰਨੀ ਕਿ ਬਾਬਾ ਜੀ ਨੇ ਜਿੰਨਾ ਨੂੰ ਹੁਕਮ ਕੀਤਾ ਲਾਗੂ ਕੀਤਾ ਨਾਲ ਤੁਰ ਪਏ ਕੋ 15 20 30 ਹੋਣਗੇ ਬਾਬਾ ਜੀ ਦੇ ਨਾਲ ਟਰੱਕ ਉੱਚ ਜਿੰਨੀ ਸੰਗਤ ਸੌਖੀ ਬੈ ਗਈ ਉਹ ਬੈ ਗਈ ਜਦੋਂ ਲੁਹਾਰਕੇ ਪਿੰਡ ਪਹੁੰਚੇ ਤੇ ਉੱਥੇ ਕੀ ਵੇਖਿਆ ਕਿ ਬਹੁਤ ਜ਼ਿਆਦਾ ਰੋਣ ਕਰਲਾਪ ਹੋ ਰਿਹਾ ਸੀ ਬਹੁਤ ਜ਼ਿਆਦਾ ਹੀ ਬਾਬਾ ਜੀ ਨੂੰ ਵੇਖ ਕੇ ਸੰਗਤਾਂ ਨੇ ਸਾਰਿਆਂ ਨੇ ਚੁੱਪ ਦਾ ਦਾਨ ਬਖਸ਼ਿਆ ਬਾਬਾ ਜੀ ਆਖਣ ਲੱਗੇ ਭਾਈ ਉਹਦੀ ਖੇਤੀ ਆ ਪੱਕੀ ਲਾਜੇ ਪੱਕੀ ਲਾਜੇ ਇੱਥੇ ਕੁਝ ਵੀ ਨਹੀਂ ਹੋ ਸਕਦਾ ਇੱਥੇ ਬਾਕੀ ਤੁਸੀਂ ਵਹਿਮ ਨਾ ਕਰੋ ਜਿਹਦੀ ਵਸਤੂ ਆ ਉਹ ਲੈ ਗਿਆ ਇਸਕੇ ਬਾਅਦ ਸਚੇ ਸਾਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਥੇ ਉਹਦੇ ਬਾਣੇ ਨੂੰ ਸਾਥ ਕਰਕੇ ਮੰਨਣਾ ਪਿਆ ਗੁਰੂ ਭਗਤ ਰਿਖੀ मुनि पीर ਪਕੰਬਰ ਜੋ ਆ ਧਰਤੀ ਤੇ ਘੋ ਰਿਆ ਨਹੀਂ ਆ ਮਰਨ ਲਿਖਾਇ ਮੰਡਲ ਮੈਂ ਆਏ ਪਹਿਲਾਂ ਲਿਖਾਉਣਾ ਪੈਂਦਾ ਵਾ ਤੇ ਫੇਰੇ ਜੀਵ ਜਨਮ ਲੈਂਦਾ ਸੋ ਗੁਰੂ ਰੂ ਸਾਧ ਸੰਗਤ ਜੀ ਸੰਗਤਾਂ ਇਕੱਠੀਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਨੇ ਹੁਕਮ ਲਾਗੂ ਕੀਤਾ ਕਿ ਨਾਮ ਜਪਿਆ ਕਰੋ ਗੁਰਬਾਣੀ ਪੜਿਆ ਕਰੋ ਅੰਮ੍ਰਿਤ ਵੇ ਉੱਠ ਕੇ ਜਪਜੀ ਪੜਿਆ ਕਰੋ ਸ਼ਾਮਾਂ ਨੂੰ ਰਹਿ ਰਾਸ ਪੜਿਆ ਕਰੋ ਗੁਰੂ ਮਹਾਰਾਜ ਗੜੀ ਅਰਦਾਸ ਕਰਿਆ ਕਰੋ ਤੇ ਸਤਿਗੁਰੂ ਆਪੇ ਤੁਹਾਡੇ ਭਰਮ ਕੱਢੂਗਾ ਉਹਨੇ ਤੇ ਮੁੜਨਾ ਨਹੀਂਗਾ ਇਹੋ ਜੇ ਥਾਂ ਚਲਾ ਗਿਆ ਦੁੱਖ ਤੇ ਬਾਬਾ ਜੀ ਨੇ ਉਹਨਾਂ ਨਾਲ ਦੁੱਖ ਸਾਂਝਾ ਕਰਕੇ ਕਿਹਾ ਦੁੱਖ ਤੇ ਸਾਨੂੰ ਵੀ ਆ ਭਈ ਜਦੋਂ ਨੌਜਵਾਨ ਚਲ ਜਾਂਦਾ ਵਾ ਦੁੱਖ ਤੇ ਉਹ ਹਗਲ ਦਾ ਸਾਨੂੰ ਵੀ ਆ ਪਰ ਇੱਥੇ ਹੋ ਹੀ ਕੁਝ ਨਹੀਂ ਸਕਦਾ ਉਹਦੇ ਹਗੁੰਦੇ ਵਿੱਚ ਜੋੜਾ ਹੁੰਦਾ ਉਹਦਾ ਪਾਣੀ ਨੂੰ ਸਤ ਕਰਕੇ ਮੰਨਣਾ ਪੈਂਦਾ ਵਾ ਪੰਜਵਾਂ ਜਾਮਾ ਜਿਹੜਾ ਗੁਰੂ ਅਰਜਨ ਦੇਵ ਜੀ ਤੱਤੀਆਂ ਲੋਹਾ ਤੇ ਬਹਿ ਗਏ ਆਪਣੇ ਸੀ ਨੂੰ ਖੱਡਣ ਵਾਸਤੇ ਨਹੀਂ ਜੋ ਧਰਤੀ ਪਲ ਸਕਦੇ ਸੀ ਜੋ ਚਾਹੁੰਦੇ ਕਰ ਸਕਦੇ ਸੀ ਸੋ ਮਹਾਪੁਰਖਾਂ ਨੇ ਉਹਨਾਂ ਨੂੰ ਸਮਝਾ ਕੇ ਬਾਣੇ ਨੂੰ ਮੰਨਣ ਦੀ ਜਾਜ ਦੱਸ ਕੇ ਸੰਗਤਾਂ ਨੂੰ ਉਪਦੇਸ਼ ਦੇ ਕੇ ਬਾਬਾ ਜੀ ਉੱਥੇ ਤੁਰੇ ਜਦੋਂ ਬਾਬਾ ਜੀ ਉੱਥੇ ਤੁਰੇ ਆ ਰਸਤੇ ਵਿੱਚ ਆਉਂਦਿਆਂ ਰਾਹ ਦੇ ਵਿੱਚ ਮੀਏ ਮਿੱਠੇ ਦਾ ਕਠਿਆਲਾ ਇੱਕ ਜਗਾ ਹੁੰਦੀ ਆ ਜਿੱਥੇ ਬਾਬੇ ਨਾਨਕ ਦਾ ਤੇ ਮੀਏ ਮਿੱਠੇ ਦਾ ਮੇਲ ਹੁੰਦਾ ਵਾ ਬਾਬਾ ਜੀ ਉਹ ਗੱਲ ਸੰਗਤਾਂ ਨੂੰ ਟਰੱਕ 'ਚ ਉਤਰ ਕੇ ਆਖਣ ਲੱਗੇ ਚਲੋ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਮੀਆਂ ਮਿੱਠੇ ਦੇ ਕਠਿਆੜੇ ਚੱਲੀਏ ਉੱਥੇ ਵੀ ਸਾਨੂੰ ਦਰਸ਼ਨ ਮਿਲੇ ਸੰਗਤਾਂ ਨੂੰ ਕਰਾਓ ਬਾਬਾ ਜੀ ਮੀਆਂ ਮਿੱਠੇ ਦੇ ਕਠਿਆੜੇ ਚੱਲ ਗਏ ਨੀਵੇਂ ਜੇ ਥਾਂ ਬਾਬੇ ਨਾਨਕ ਦਾ ਗੁਰਦੁਆਰਾ ਤੇ ਬੜੇ ਉੱਚੇ ਜੇ ਥਾਂ ਮਿੱਠੇ ਦਾ ਮਿੱਠਾ ਮੁਸਲਮਾਨ ਫਕੀਰ ਸੀਗਾ ਉਹਨੇ ਇੱਕ ਵਾਰੀ ਆਪਣੇ ਚੇਲਿਆਂ ਨੂੰ ਕਿ ਜੇ ਕਿਤੇ ਨਾਨਕ ਮਿਲ ਜੇ ਬਾਬੇ ਨਾਨਕ ਦਾ ਵੀ ਪ੍ਰਤਾਪ ਬੜਾ ਸੀ ਉਹਨਾਂ ਦਣਾ ਵਿੱਚ ਤੇ ਮੀਏ ਮਿੱਠੇ ਦਾ ਵੀ ਪ੍ਰਤਾਪ ਬੜਾ ਸੀ ਸਾਧੂ ਆਪ ਆਪਣੇ ਥਾਂ ਸਾਰੇ ਬੜੇ ਹੁੰਦੇ ਮੀਏ ਮਿੱਠੇ ਨੇ ਕਿਤੇ ਆਪਣੇ ਚੇਲਿਆਂ ਨੂੰ ਕਿਹਾ ਮਰੀਦਾਂ ਨੂੰ ਜੇ ਕਿਤੇ ਨਾਨਕ ਮਲੇ ਤੇ ਐਂਜ ਨਚੋੜ ਛੜੀਏ ਜਿ ਤਰ੍ਹਾਂ ਨਿੰਬੂ ਨਚੋੜ ਛੜੀਦਾ ਜਦੋਂ ਇੰਨੀ ਗੱਲ ਕਹੀ ਬੜੇ ਹੰਕਾਰ ਦੇ ਘੋੜੇ ਤੇ ਚੜ ਕੇ ਤੇ ਬਾਬਿਆਂ ਨੇ ਅੰਤਰਾਜਮੀ ਸੰਸਮ ਦ੍ਰਿਸ਼ਟੀ ਉਸੇ ਵੇਲੇ ਬਾਬਾ ਜੀ ਕੋ ਆਕਾਸ਼ ਬਾਣੀ ਰਾਈ ਗੱਲ ਆ ਗਈ ਬਾਬਾ ਜੀ ਨੇ ਆਪਣੇ ਮਰਦਾਨੇ ਹੋਣਾ ਨੂੰ ਭਾਈ ਬਾਲੇ ਹੋਣਾ ਨੂੰ ਕਿਹਾ ਇਹ ਸਾਨੂੰ ਮਿੱਠਾ ਮਿਲੇ ਤੇ ਇੰਜ ਕੱਢ ਨਚੋੜ ਛੜੀ ਜਿ ਤਰ੍ਹਾਂ ਗੰਨੇ ਚੋਂ ਰਾਸ ਨਚੋੜ ਛੜੀ ਦਾ ਕੁਦਰਤੀ ਪਾਣਾ ਇਕੱਠੇ ਹੋ ਗਏ ਸਾਧੂ ਉਦੋਂ ਮਿੱਠੇ ਦੇ ਚੇਲੇ ਕਹਿਣ ਲੱਗੇ ਬਾਬਾ ਜੀ ਤੋਹਾਂ ਇਸ ਤਰ੍ਹਾਂ ਕਿਹਾ ਕਿ ਜੇ ਨਾਨਕ ਮਿਲੇ ਤੇ ਇੰਜ ਨਚੋੜ ਛੜਾਂਗੇ ਜਿ ਤਰ੍ਹਾਂ ਨਿੰਬੂ ਨੂੰ ਨਚੋੜ ਛੜੀ ਦਾ ਤੇ ਬਾਬਿਆਂ ਨੇ ਮਈਏ ਮਿੱਠੇ ਨੇ ਕਿਹਾ ਭਾਈ ਉਹਨੂੰ ਸਾਰ ਸਾਨੂੰ ਤੇ ਉਸੇ ਵੇਲੇ ਜਵਾਬ ਦੇ ਦਿੱਤਾ ਸੀ ਉਹਨਾਂ ਨੇ ਕਿਹਾ ਜਿ ਤਰ੍ਹਾਂ ਗੰਨੇ ਚੋਂ ਰਾਸ ਕੱਢ ਕੇ ਨਚੋੜ ਛੜੀ ਦੇ ਇਤਰ੍ਹਾਂ ਨਚੋੜ ਛੜਾਂਗੇ ਹੁਣ ਉਹਨਾਂ ਦੇ ਲਗਾੜੀ ਨਿਉਣਾ ਹੀ ਭਲਾ ਵਾ ਸੋ ਉੱਥੇ ਬਾਬੇ ਨਾਨਕ ਦੀ ਤੇ ਮਈਏ ਮਿੱਠੇ ਨੀਵੇਧਾ ਗੁਰਦੁਆਰਾ ਉਹਦੇ ਦਰਸ਼ਨ ਮੇਲੇ ਕੀਤੇ ਸੰਗਤਾਂ ਨੇ ਤੇ ਮੀਏ ਮਿੱਠੇ ਦੇ ਕਠਾੜੇ ਦੇ ਜਿਹੜਾ ਤਾਂ ਉੱਚੇ ਥਾਂ ਹੈ ਉੱਥੇ ਵੀ ਦਰਸ਼ਨ ਕੀਤੇ ਉਥੋਂ ਦੀਆਂ ਸੰਗਤਾਂ ਨੇ ਦੱਸਿਆ ਕਿ ਮੀਏ ਮਿੱਠੇ ਦਾ ਆਪਣਾ ਫੁਰਨਾ ਸੀ ਆਪਣੇ ਮਨ ਦੀ ਮੌਜ ਸੀਗੀ ਉਹਨੇ ਟਿੱਲਾ ਹੀ ਬੰਨ ਛੜਿਆ ਤਾਂ ਉੱਚੀ ਮਿੱਟੀ ਚੜਾ ਅਚੜਾ ਕੇ ਸਾਦਾ ਫਕਰਾਂ ਦੀ ਮੌਜ ਹੁੰਦੀ ਆ ਤੇ ਉਥੇ ਇਹ ਜਦੋਂ ਕਿਸੇ ਨੇ ਮਿਹਨਤ ਮੰਗਣੀ ਉਹਨਾਂ ਮਿਹਨਤ ਦੇਣੀ ਤੇ ਚੌਂਗੜੀ ਮਾਰ ਕੇ ਬੈਠੇ ਰਹਿਣਾ ਤੇ ਬੋਰੀ ਚੁੱਕ ਕੇ ਪੈਸੇ ਦੇਣੇ ਨਾ ਕਿਤੇ ਜਾਣਾ ਨਾ ਆਉਣਾ ਕੁਦਰਤੀ ਸਾਲਾਂ ਦੇ ਮਾਇਆ ਜਿਹੜੀ ਆ ਇਹ ਸੰਤਾਂ ਦੇ ਮਗਰ ਫਿਰਦੀ ਆ ਸੋ ਗੁਰੂ ਗੋਬਿੰਦ ਸਿੰਘ ਜੀ ਉੱਥੇ ਸੰਗਤਾਂ ਨੂੰ ਇਕੱਠੀਆਂ ਹੋਈਆਂ ਸੰਗਤਾਂ ਨੂੰ ਮਹਾਪੁਰਖਾਂ ਨੇ ਉਪਦੇਸ਼ ਕੀਤਾ ਕਿ ਜੀਵ ਨੂੰ ਇਹ ਮੁਨੱਖ ਜਾਮਾ ਜਿਹੜਾ ਬਾਰ-ਬਾਰ ਹੱਥ ਨਹੀਂ ਆਉਣਾ ਇਹ ਜਾਮੇ ਦੇ ਵਿੱਚ ਜੇ ਸਿਮਰਨ ਭਗਤੀ ਕਰੂਗਾ ਤੇ ਤਾਂ ਇਹਦਾ ਗਾਂ ਜਾ ਕੇ ਦਰਗਾਹ ਦੇ ਵਿੱਚ ਛਡਕਾਰਾ ਹੋਊਗਾ ਭਈ ਪ੍ਰਾਪਤ ਮੁਨੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਆਂਦੇ ਇਹੋ ਵਾਰੀ ਇਹ ਜਾਮੇ ਦੇ ਵਿੱਚੋਂ ਖਲਾਸੀ ਹੋ ਸਕਦੀ ਹੈ ਹੋਰ ਕਿਸੇ ਜਾਮੇ ਦੇ ਵਿੱਚ ਖਲਾਸੀ ਨਹੀਂ ਹੋ ਸਕਦੀ ਸਿਮਰਨ ਤੋਂ ਬਗੈਰ ਫੇਰ ਆnde ਸਿਰਮਨ ਤੇ ਜੀਵ ਜੰਤੂ ਪਸ਼ੂ ਪਤੰਗਾ ਕੀੜਾ ਸਭ ਸਿਮਰਨ ਕਰਦੇ ਆ ਪਰ ਇਹ ਜਹਾਮੇ ਦੇ ਵਿੱਚ ਮਨੁੱਖ ਨੂੰ ਉੱਤਮ ਗਿਣਿਆ ਸੋ ਗੁਰੂ ਰੂ ਸਾਧ ਸੰਗਤ ਜੀ ਉੱਥੋਂ ਸੰਗਤਾਂ ਇਕੱਠੀਆਂ ਹੋਈਆਂ ਇਕੱਠੀਆਂ ਹੋ ਗਏ ਫੇਰ ਟਰੱਕ ਦੇ ਵਿੱਚ ਵਾਪਸੀ ਕੀਤੀ ਗਾਂ ਆਣ ਕੇ ਇੱਕ ਛੱਕੀ ਡੇਰਾ ਬਾਬਾ ਨਾਲ ਨੂੰ ਚਾਲੇ ਪਾਏ ਰਸਤੇ ਵਿੱਚ ਆਉਂਦੇ ਆ ਇੱਕ ਛੱਕੀ ਨਹਿਰ ਆਈ ਨਹਿਰ ਦੁਪਹਿਰ ਲੱਗੀ ਸੀ ਢਾਈਕ ਦਾ ਟਾਈਮ ਹੋ ਗਿਆ ਤੇ ਬਾਬਾ ਜੀ ਨੇ ਹੁਕਮ ਲਾਗੂ ਕੀਤਾ ਕਿ ਇੱਥੇ ਸਾਰੇ ਜਣੇ ਇਸ਼ਨਾਨ ਕਰੋ ਪਾਣੀ ਜਿਹੜਾ ਵਗਦਾ ਹੈ ਨਦੀ ਹੀ ਕੋਈ ਨਿੱਗੀ ਜੀ ਪਤਾ ਨਹੀਂ ਛੱਕੀ ਕਹਿੰਦੇ ਸੀ ਸ਼ੈ ਤੋਂ ਨੂੰ ਤੇ ਮੀਆਂ ਮਿੱਠੇ ਤੋਂ ਕਠਿਆੜੇ ਤੋਂ ਜਦੋਂ ਡੇਰਾ ਬਾਬਾ ਨਾਨਕ ਨੂੰ ਤੁਰਦਾ ਰਸਤਾ ਦੇ ਰਸਤੇ ਵਿੱਚ ਉਹ ਆਈ ਇੱਥੇ ਫਿਰ ਬਾਬਾ ਜੀ ਨੇ ਸਾਰੀ ਸੰਗਤ ਨੂੰ ਹੁਕਮ ਲਾਗੂ ਕੀਤਾ ਕਿ ਇਸ਼ਨਾਨ ਪਾਣੀ ਕਰੋ ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ ਸਾਡੇ ਨਾਲ ਉਹਨਾਂ ਧੜਾਂ ਵਿੱਚ ਭਾਈ ਸੰਤੋਖ ਸਿੰਘ ਜਲਗੜ ਵਾਲੇ ਭਾਈ ਆਸਾ ਸਿੰਘ ਬਿਧੀਪੁਰ ਬਹਾਦਰਪੁਰ ਵਾਲੇ ਪੋਲਾ ਸਿੰਘ ਬੀਲੀਪੁਰ ਵਾਲੇ ਸੋ ਹੋਰ ਵੀ ਸੰਗਤਾਂ ਸਾਡੀਆਂ ਜਾਣੋ ਪਛਾਣੋ ਜਿਹੜੇ ਨੌਜਵਾਨ ਸਾਡੇ ਹਾਣੀ ਪ੍ਰਾਣੀ ਸਾਰੇ ਇਕੱਠੇ ਸੋ ਗੁਰੂ ਰੂ ਸਾਧ ਸੰਗਤ ਜੀ ਸੰਗਤਾਂ ਜਿਹੜੀਆਂ ਪਿੱਛੇ ਦੀ ਇੱਕ ਸਿੰਘ ਨਾਲ ਸਾਡੀ ਇੱਥੇ ਟੈਲੀਵਿਜ਼ਨ 'ਚ ਇਹਦੇ ਤੇ ਕੀ ਨਾ ਨਿਆਣੇ ਨੇ ਲਾ ਕੇ ਦਿੱਤਾ ਕੀ ਆਂਦੇ ਨੂੰ YouTube ਉਹ ਲਾ ਕੇ ਦਿੱਤਾ ਸਾਨੂੰ ਤੇ ਈਂ ਜਾਂਚ ਵੀ ਨਹੀਂ ਉਹ ਲਾ ਕੇ ਦਿੱਤਾ ਕੋਈ ਸਿੰਘ ਜਿਹੜਾ ਸੀਗਾ ਰੱਬ ਦੇ ਘਰ ਦੀਆਂ ਗੱਲਾਂ ਬੜੀਆਂ ਸਿਆਣੀਆਂ ਤੇ ਬਹੁਤ ਉੱਚੀਆਂ ਕਰੇ ਆਪਾਂ ਉਹਦੇ ਨਾਲ ਉਮੀਦ ਕਿ ਇਹ ਸਿੰਘ ਸਾਡੀ ਗੱਲ ਸੁਣੂਗਾ ਉਹਦੇ ਨਾਲ ਗੱਲ ਕਰਨੀ ਚਾਹੀ ਕਿ ਭਾਈ ਤੂੰ ਬਹੁਤ ਚੰਗਾ ਪ੍ਰਦੇਸ਼ ਕਰਨਾ ਕਰਿਆ ਕਰ ਉਹਨੇ ਸਾਨੂੰ ਗਾੜੀਆਂ ਪੁੱਛਿਆ ਵੀ ਜੁਹ ਤੁਸੀਂ ਜਿਹਦੇ ਚੇਲੇ ਜਿਹਦਾ ਜਿਹਦੇ ਲਾਗੇ ਬੈਂਦੇ ਖੜੋਂਦੇ ਮੈਂ ਗੱਲ ਨਹੀਂ ਕਰ ਸਕਦਾ ਬਾਬਾ ਜੀ ਦੇ ਬਾਰੇ ਕਿਹਾ ਸਾਨੂੰ ਦੁੱਖ ਬੜਾ ਹੋਇਆ ਕਿਹੜੀ ਗੱਲੋਂ ਵੀ ਬਾਬਾ ਜੀ ਇਹ ਕੇਸਾ ਧਾਰੀ ਨਹੀਂ ਅਹੀਂ ਮਹਿਸੂਸ ਕੀਤਾ ਵੀ ਜੇ ਬਾਬਾ ਜੀ ਕੇਸਾ ਧਾਰੀ ਤੇ ਠੀਕ ਨਹੀਂ ਪਰ ਕੇਸਾ ਧਾਰੀਆਂ ਵਾਲਿਆਂ ਕੋ ਉਨੀ ਮਰਿਆਦਾ ਹੀ ਨਹੀਂ ਉਹਨੇ ਉਹਨੇ ਕਰਤੇ ਹਰਤੇ ਦੇ ਮਾਲਕ ਨਹੀਂ ਜਿੰਨੀ ਉਹ ਸ੍ਰਿਸ਼ਟੀ ਦੇ ਉੱਤੇ ਚਾਹਣ ਜੋ ਚਾਹਣ ਕਰ ਸਕਦੇ ਸੀ ਤੇ ਕਰਕੇ ਵਿਖਾੜਿਆ ਲੋਕਾਂ ਨੂੰ ਤੇ ਬਾਕੀ ਜਿੰਨਾ ਕੇਸਾਂ ਦਾ ਕਦਰ ਉਹ ਕਰਦੇ ਹੀ ਅਸੀਂ ਨਹੀਂ ਕਰ ਸਕਦੇ ਸੋ ਗੁਰੂ ਗ੍ਰੰਥ ਸਾਹਿਬ ਜੀ ਇਸ ਤੇ ਤੁਹਾਨੂੰ ਪਤਾ ਲੱਗਣਾ ਵੀ ਕਦਰ ਕਿਤਰਾ ਕਰਦੇ ਆ ਸਾਡੇ ਨਾਲ ਸਿੰਘ ਜਿਹੜੇ ਸੀ ਸਾਰਿਆਂ ਇਸ਼ਨਾਨ ਪਾਣੀ ਕਰਕੇ ਤੇ ਸਾਨੂੰ ਹੁਕਮ ਲਾਗੂ ਕਰ ਦਿੱਤਾ ਵੀ ਉਹ ਸਿੰਘ ਸਾਡੇ ਨਾਲ ਦੋ ਚਾਰ ਜਿਹੜੇ ਸੀ ਕੇਸਾ ਧਾਰੀ ਨਹੀਂ ਸੀ ਸਾਨੂੰ ਕਹਿਣ ਲੱਗੇ ਵੀ ਤੂੰ ਵੀ ਸਿਰਮ ਦਾ ਆਪਾਂ ਨੇ ਹਾਨਾ ਦਾ ਜਵਾਬ ਨਹੀਂ ਹਜੇ ਦਿੱਤਾ ਨਾ ਆਖਿਆ ਮਨਣਾ ਵਾ ਨਾ ਆਖਿਆ ਨਹੀਂ ਮਨਣਾ ਆਪਾਂ ਇਤਰਾ ਹੀ ਰਹਿਣਾ ਆਪਾਂ ਦੇ ਹਲੇ ਹਾਨਾ ਦਾ ਜਵਾਬ ਨਹੀਂ ਦਿੱਤਾ ਤੇ ਇੱਕ ਸਿੰਘ ਨੇ ਜਾ ਕੇ ਬਾਬਾ ਜੀ ਗਾੜੀ ਬੇਨਤੀ ਕਰ ਦਿੱਤੀ ਕਿ ਮਹਾਰਾਜ ਕੋਲਲੇ ਆਲਾ ਕਹਿੰਦਾ ਵਾ ਵੀ ਮੈਂ ਵੀ ਸਿਰ ਮਨ ਆਲਾ ਬਾਬਾ ਜੀ ਆਖਣ ਲੱਗੇ ਕਿੱਥੇ ਆ ਕਹਿੰਦੇ ਜੀ ਉਹ ਲੱਗੇ ਹੀ ਆ ਉਹਨੂੰ ਸੱਦ ਕੇ ਲਿਆਓ ਇਹ ਮੁਖੋਂ ਬਜਣ ਜਿਹੜਾ ਜਿਉਂਦਾ ਤਿਉਂ ਦੱਸਣਾ ਪੈਣਾ ਦਾਸ ਨੂੰ ਜਦੋਂ ਸੱਦ ਕੇ ਲਿਆਂਦਾ ਤੇ ਹਜੇ ਮੈਂ ਮੱਥਾ ਟੇਕਣ ਲੱਗਾ ਜਾਂ ਬੇਨਤੀ ਸੁਣਨ ਲੱਗਾ ਹੁਕਮ ਜਿਹੜਾ ਉਹਨਾਂ ਦਾ ਹੁਕਮ ਸੀ ਉਹ ਸੁਣਨ ਲੱਗਾ ਪਰ ਬਾਬਾ ਜੀ ਨੇ ਕੀ ਆਂਦੇ ਆਂਦੇ ਸਿਰ ਮੋਨ ਲੈਣਾ ਤੇ ਮੈਂ ਹਜੇ ਬੋਲਿਆ ਵੀ ਨਹੀਂ ਪਰ ਬਾਬਾ ਜੀ ਨੇ ਕਰੋਧ ਚ ਆ ਗਏ ਇਹਨੇ ਗੁੱਸੇ ਚ ਆ ਗਏ ਚਪੇੜ ਮਾਰੀ ਬਾਬਾ ਜੀ ਨੇ ਉਦੋਂ ਬਾਬਾ ਜੀ ਇਹ ਗੱਲ ਅਸੀਂ ਅਸੀਂ ਤੋਂ ਪਹਿਲਾਂ ਦੀ ਹੈ 78 ਦੀ ਹੋ ਸਕਦਾ ਬਾਬਾ ਜੀ ਦਾ ਸਰੀਰ ਉਦੋਂ ਘੱਟ ਤਕਰੀਬਨ 10 ਸਾਲ ਬਾਅਦ ਬਾਅਦ ਚ ਉਹਨਾਂ ਚੋੜਾ ਛੱਡਿਆ ਸਰੀਰ ਚ ਜਨਮ ੜੀ ਸੀ ਸ੍ਰਿਸ਼ਟੀ ਦੇ ਮਾਲਕ ਜਦੋਂ ਚਪੇੜ ਮਾਰੀ ਹੱਥ ਬੜਾ ਭਾਰਾ ਸੀ ਆਪਾਂ ਸਰੀਰ ਸਾਡਾ ਹੌਲਾ ਸੀ ਭੌਗੇ ਅਸੀਂ ਨਾਲ ਹੀ ਭੌਗੇ ਤੇ ਦੂਜਾ ਪਾਸਾ ਕਰ ਦਿੱਤਾ ਤੇ ਦਾਸ ਨੂੰ ਕੋਈ ਮਹਿਸੂਸ ਨਹੀਂ ਹੋਇਆ ਵੀ ਇਹਨਾਂ ਨੇ ਕਿਉਂ ਚਪੇੜ ਮਾਰੀ ਆ ਦੂਜਾ ਪਾਸਾ ਕਰ ਦਿੱਤਾ ਪਰ ਦੂਜੇ ਪਾਸੇ ਮਾਰਨ ਤੋਂ ਪਹਿਲਾਂ ਹੀ ਹੁਕਮ ਲਾਗੂ ਕਰ ਦਿੱਤਾ ਇਹਨੂੰ ਨੀਵੇਂ ਥੰਮਿਠਾੜੋ ਤੇ ਇਹਦੇ ਸਿਰ ਇਹਦੇ ਸਿਰ ਦੇ ਉੱਤੇ ਪੰਜ ਛੇਤਰ ਮਾਰੋ ਆਪਾਂ ਸੱਤ ਸਿਰ ਦੇ ਗਏ ਤੇ ਸਿੱਖੀ ਲਈ ਆ ਇਹਨਾਂ ਉਹਨਾਂ ਦਾ ਸਿੱਖੀ ਦੇ ਨਾਲ ਪਿਆਰ ਸੀਗਾ ਉਹ ਬ੍ਰਹਮ ਅਵਸਥਾ ਜਿਹੜੀ ਉਹਦੇ ਬਾਰੇ ਤੇ ਕੋਈ ਜੀਵ ਜਾਣ ਨਹੀਂ ਸਕਦਾ ਵੀ ਉਹਨਾਂ ਦੀ ਅਵਸਥਾ ਵਿੱਚੋਂ ਕਿੱਥੇ ਹੈਗੀ ਇਹ ਕਰਕੇ ਜਿਹੜੇ ਦਾਸ ਮੇਰੇ ਦਾਸ ਮੇਰੇ ਵੀਰ ਨੇ ਬੇਨਤੀ ਕੀਤੀ ਸੀ ਜਿਹਨੇ ਗੜੀ ਮੈਂ ਆਪਾਂ ਅਰਜ਼ ਕੀਤੀ ਸੀ ਕੋਈ ਬਚਨ ਚੰਗੇ ਸੁਣਾਇਆ ਕਰੋ ਉਹ ਵੀ ਸੁਣਦਾ ਹੋਊ ਤੇ ਉਹ ਵੀ ਇਹ ਗੱਲ ਸੁਣੇ ਵੀ ਉਹਨਾਂ ਦਾ ਸਿੱਖੀ ਨਾਲ ਕਿੰਨਾ ਕੇ ਪਿਆਰ ਸੀ ਜਦੋਂ ਹੁਕਮ ਕਰ ਦਿੱਤਾ ਲਾਗੂ ਕਿ ਨੀਵੇਂ ਥਾਂ ਬਿਠਾ ਲ ਕੇ ਇਹਦੇ ਸਿਰ 'ਚ ਪੰਜ ਖੇਤਰ ਮਾਰੋ ਸਤ ਬਨ ਕਹਿ ਕੇ ਆਪਾਂ ਨੀਵੇਂ ਥਾਂ ਜਾ ਕੇ ਬਹਿ ਗਏ ਪਰ ਸਾਡੇ ਅਥਰੂ ਨਾਲ ਛੜੇ ਵੀ ਆਪਾਂ ਨੇ ਤੇ ਹਲੇ ਹੁਕਮ ਆਖਿਆ ਵੀ ਨਹੀਂਗਾ ਪੀ ਮੋਨ ਲਈਏ ਸਿਰ ਕੇ ਨਾਮ ਮੋਲੀਏ ਪਰ ਚਲੋ ਜੋ ਉਹਨਾਂ ਦਾ ਹੁਕਮ ਆ ਸਤ ਕਰਕੇ ਮੰਨਗਾ ਸਤਗੁਰੂ ਕੀ ਆਗਿਆ ਸਤ ਸਤ ਕਰ ਮੰਨੋ ਗੁਰ ਸਿੱਖੋ ਮੰਨਣੀ ਪੈਂਦੀ ਆ ਭਾਈ ਚਲੋ ਆਪਾਂ ਨੀਵੇਂ ਥਾਂ ਬਹਿ ਗਏ ਆਪਾਂ ਆਪਣੀ ਜੁੱਤੀ ਦਾ ਆਪ ਛੇਤਰ ਲਾ ਲਿਆ ਗੁਰੂ ਰੂਪ ਸਾਹਿਬ ਸੰਗਤ ਜੀ ਤੇ ਸੰਗਤ ਨੂੰ ਬੇਨਤੀ ਕੀਤੀ ਵੀ ਫੜੋ ਕੋਈ ਛੇਤਰ ਸਾਡਾ ਸਾਡੇ ਸਿਰ 'ਚ ਮਾਰੋ ਭਾਈ ਸੰਗਤ ਜੀ ਕਿਸ ਦੀ ਯੁੱਸਤ ਨਹੀਂ ਪਈ ਕਿਸੇ ਨੇ ਮਾਰਿਆ ਹੀ ਨਹੀਂ ਕਿਉਂਕਿ ਮਹਾਪੁਰਖ ਪ੍ਰੇਮ ਬਹੁਤ ਜ਼ਿਆਦਾ ਕਰਦੇ ਹੁੰਦੇ ਸਨ ਸੰਗਤਾਂ ਸਾਡਾ ਵੀ ਸਤਕਾਰ ਉਹਨਾਂ ਦਾ ਨਾਣਾ ਚੀ ਕਰਦੀਆਂ ਹੁੰਦੀਆਂ ਸਨ ਬਚਪਨ ਦੇ ਵਿੱਚ ਹੀ ਸੋ ਜਦੋਂ ਕੇਹਨੇ ਨਾ ਮਾਰਿਆ ਤੇ ਗਰੀਬ ਨੇ ਆਪਣਾ ਛੇਤ ਆ ਫੜ ਕੇ ਸਿੱਛ ਮਾਰਿਆ ਪੰਜ ਸੱਤ ਰੋਟਾਂ ਮਾਰੇ ਤੇ ਮਾਮ ਦੇ ਵਿੱਚ ਵਿਰਾਗ ਹੋ ਗਿਆ ਬਹੁਤ ਜ਼ਿਆਦਾ ਵਿਰਾਗ ਹੋ ਗਿਆ ਵੀ ਇਹ ਪਾਣਾ ਕੀ ਵਰਤਿਆ ਸਤਿਗੁਰੂ ਤੂੰ ਚਲੋ ਮਨ ਵਿਰਾਗੀ ਸ਼ਮਨ ਦੇ ਨਾਲ ਜੁੜ ਗਿਆ ਆਗੇ ਘਰ ਸੰਗਤਾਂ ਦੇ ਨਾਲ ਡੇਰੇ ਵੀ ਗਏ ਦਰਸ਼ਨ ਮੇਲੇ ਕਰਕੇ ਜੋ ਆਏ ਡੇਰੇ ਤੇ ਸੰਗਤਾਂ ਨੂੰ ਨਾਮ ਬਣਿੰਦਾ ਪ੍ਰਦੇਸ਼ ਦਿੱਤਾ ਮਹਾਂਪੁਰਖਾਂ ਨੇ ਜਿਹੜੀਆਂ ਸੰਗਤਾਂ ਦਰਸ਼ਨਾਂ ਵਾਸਤੇ ਡਿਕਦੀਆਂ ਦੀਆਂ ਸਨ ਬਾਬਾ ਜੀ ਕਹਿੰਦੇ ਹੁੰਦੇ ਸਨ ਬੱਚੂ ਸੱਚ ਦਾ ਵਪਾਰੀ ਇੱਥੇ ਹਾਨੀ ਕੋਈ ਵੀ ਸਾਰੇ ਜਿਹੜੇ ਵੇਖੋ ਵੇਖੀ ਮੇਲਾ ਵੇਖਣ ਵਾਸਤੇ ਤੁਰੇ ਰਹਿੰਦੇ ਡੇਰੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਕੋਈ ਜਾਇਦਾਦ ਮੰਗਦਾ ਕੋਈ ਵਿਆਹ ਮੰਗਦਾ ਕਹਿੰਦੇ ਇਹਨਾਂ ਕੰਮਾਂ ਵਾਸਤੇ ਤੁਰੇ ਰਹਿੰਦੇ ਆ ਤੇ ਜਿਹੜਾ ਸੱਚ ਦੇ ਆਸ਼ਿਕ ਜਿਹੜੀ ਬ੍ਰਹਮ ਦੀ ਗੱਲ ਵਾ ਉਹ ਵਾਸਤੇ ਕੋ ਸਾਡੇ ਕੋਲ ਵਿਰਲਾ ਹੀ ਲੱਗਦਾ ਕਹਿੰਦੇ ਇਹ ਬੇਬਹਾਰੀਆਂ ਜੀਆਂ ਸਫਾ ਵਿਛਾਲੀਆਂ ਨੇ ਤੇ ਕਹਿੰਦੇ ਕਾਲ ਯੁਗ ਦਾ ਤੇਜ ਤਪ ਬੜਾ ਵਾ ਵਚਨ ਕੀਤਾ ਕਿ ਬੱਚੂ ਜਿੱਥੇ ਬ੍ਰਹਮ ਦੀਆਂ ਪੋਥੀਆਂ ਖੋਲ੍ਹੀਏ ਉੱਥੇ ਕੋ ਲਾਗੇ ਨਹੀਂ ਢਿਗੂਗਾ ਢਿਗੂਗਾ ਤੇ ਜੇ ਆਪਾਂ ਕਦੇ ਲੰਗਰ ਲੋ ਲੰਗਰ ਲਾ ਲਈਏ ਨਾ ਤੇ ਹਜ਼ਾਰਾਂ ਜੀ ਇਕੱਠੇ ਹੋ ਜਾਣਗੇ ਹਜ਼ਾਰਾਂ ਜੀ ਲੰਗਰ ਖਾਣ ਵਾਸਤੇ ਵੇਖੋ ਵੇਖੀ ਕਹਿੰਦੇ ਮੈਂ ਤੇ ਇੱਥੇ ਕਿਸ ਦੇ ਨਾਲ ਸਾਂਝ ਨਹੀਂ ਰੱਖੀ ਮੈਂ ਤੇ ਸਿਰਫ ਬ੍ਰਹਮ ਦੀਆਂ ਪੋਥੀਆਂ ਬੋਲੀਆਂ ਨੇ ਤੇ ਵਾਰੋ ਵਾਰੀ ਸੰਗਤਾਂ ਬੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਫਿਰ ਇਹ ਵੀ ਆਖਣ ਲੱਗੇ ਕਿ ਬੱਚੂ ਗਿਆਨੀ ਵੀ ਬੜਿਆ ਧਿਆਨੀ ਵੀ ਬੜਿਆ ਗਿਆਨੀ ਕਿਹਨੂੰ ਕਿਹਾ ਜਾਂਦਾ ਵਾ ਗਿਆਨੀ ਕਹਾ ਜਾਂਦਾ ਵਾ ਆਪਾਂ ਕੋਈ ਗਿਆਨੀ ਨਹੀਂ ਆ ਗਿਆਨੀ ਉਹ ਹੁੰਦਾ ਜਿਹੜਾ ਰਾਤ ਨੂੰ ਪੋਥੀਆਂ ਪੜ੍ਹ ਕੇ ਸੰਤਾਂ ਨੂੰ ਉਪਦੇਸ਼ ਦਿੰਦਾ ਸਵੇਰੇ ਉੱਠਦਾ ਵਾ ਪ੍ਰਚਾਰ ਕਰਦਾ ਉਹਨੂੰ ਗਿਆਨੀ ਕਿਹਾ ਜਾਂਦਾ ਦੋ ਦੋ ਚਾਰ ਚਾਰ ਦਿਨ ਕੋਟੇ ਲਾਉਂਦੇ ਰਹਿਣਾ ਆਪਾਂ ਇੱਕ ਸੰਤਾਂ ਦੇ ਨਾਲ ਰਹਿ ਕੇ ਚਾਰ ਘੰਡੇ ਨਾਲ ਰੋਟੀ ਖਾ ਕੇ ਕਿਰਤ ਵਿਰਤ ਕਰਕੇ ਕਮਾਈ ਕਰਕੇ ਰੋਟੀ ਖਾ ਕੇ ਤੇ ਸੰਤਾਂ ਦੇ ਨਾਲ ਜੀਵਨ ਬਤੀਤ ਕੀਤਾ ਸੰਤਾਂ ਨੇ ਕਿਹਾ ਬੱਚੂ ਦੁਕਾਨੀ ਫੜਨਾ ਕਿਸੇ ਕੋ ਜਦੋਂ ਅਖੰਡ ਪਾਠਾਂ ਦੀ ਸੇਵਾ ਦਿੱਤੀ ਗਾਂ ਜਾ ਕੇ ਉਹ ਵੀ ਦੱਸਾਂਗੇ